ਸਸਿਕਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਰ ਸ਼ਾ ਟੀਵੀ ਮੈਂ ਪਰਮੇਰ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੇ ਤੁਸੀਂ ਮੇਰੇ ਪਿੱਛੇ ਦ੍ਰਿਸ਼ ਵੇਖ ਸਕਦੇ ਹੋ ਜਾਂ ਵੇਖ ਰਹੇ ਹੋ ਤਾਂ برفਾਂ ਦੇ ਢੇਰ ਲੱਗੇ ਹੋਏ ਨੇ ਮੈਂ ਇਸ ਵੇਲੇ ਕੈਲਗਰੀ ਸ਼ਹਿਰ ਕੈਨੇਡਾ ਤੋਂ ਬੋਲ ਰਿਹਾ ਤੇ ਅੱਜ -30 ਡਿਗਰੀ ਟੈਂਪਰੇਚਰ ਸੀ ਤੇ ਕੱਲ ਨੂੰ ਇਹ ਟੈਂਪਰੇਚਰ ਤਾਪਮਾਨ ਮੰਨਫੀ ਜਾਨੀ ਕਿ -40 ਡਿਗਰੀ ਹੋ ਜਾਣਾ ਤੇ ਫੀਲ ਲਾਈਕ -45 ਤੋਂ ਵੀ ਉੱਪਰ ਹੋਏਗਾ ਇਹਦਾ ਮਤਲਬ ਕਿ ਜਿੰਨੀ ਕੁ ਵੀ ਠੋਕ ਬ ਜਾ ਕੇ ਠੰਡ ਹੋ ਸਕਦੀ ਹੈ ਉਨੀ ਜਨਵਰੀ ਮਹੀਨਾ ਚੱਲ ਰਿਹਾ ਤੇ ਜਨਵਰੀ ਮਹੀਨੇ ਦੇ ਵਿੱਚ ਬਹੁਤ ਸਾਰੇ ਪੰਜਾਬ ਤੋਂ ਹਰਿਆਣਾ ਤੋਂ ਜਾਂ ਹੋਰ ਵੱਖ-ਵੱਖ ਮੁਲਕਾਂ ਤੋਂ ਵਿਦਿਆਰਥੀ ਜਿਹੜੇ ਨੇ ਕੈਨੇਡਾ ਪੜ੍ਹਨ ਦੇ ਲਈ ਆਉਂਦੇ ਆ ਇਸ ਮਹੀਨੇ ਸੈਸ਼ਨ ਸ਼ੁਰੂ ਹੁੰਦਾ ਹੈ ਤੇ ਇਹ ਪਹਿਲੀ ਠੰਡ ਬਹੁਤ ਖਤਰਨਾਕ ਹੁੰਦੀ ਹੈ ਜਦੋਂ ਅਸੀਂ ਉਹਨਾਂ ਮੁਲਕਾਂ ਦੇ ਵਿੱਚ ਆਉਂਦੇ ਆ ਜਿੱਥੇ ਇੰਨੀ ਠੰਡ ਇੰਨੀ ਬਰਫ਼ਬਾਰੀ ਹੁੰਦੀ ਨਹੀਂ ਸੋ ਕੁਝ ਇੱਕ ਗੱਲਾਂ ਦਾ ਤੁਸੀਂ ਖਿਆਲ ਜ਼ਰੂਰ ਰੱਖਣਾ ਚਾਹੀਏ ਤੁਸੀਂ ਨਵੇਂ ਹੋ ਤੇ ਚਾਹੇ ਪੁਰਾਣੇ ਕਿਉਂਕਿ ਅੱਜਕੱਲ ਬਹੁਤ ਸਾਰੀਆਂ ਕਾਰਾਂ ਖਰਾਬ ਹੋ ਜਾਂਦੀਆਂ ਸਲਿਪਰੀ ਇੰਨੀ ਕਿ ਆ ਕਿ ਬਹੁਤ ਸਾਰੇ ਸੜਕ ਹਾਦਸੇ ਜਿਹੜੇ ਹੋ ਰਹੇ ਨੇ ਬਹੁਤ ਸਾਰੀਆਂ ਕਾਰਾਂ ਸਾਨੂੰ ਸੜਕ ਦੇ ਉੱਤੇ ਆਉਂਦੇ ਜਾਂਦੇ ਆ ਖਰਾਬ ਹੋਈਆਂ ਨਜ਼ਰ ਆ ਰਹੀਆਂ ਸੋ ਤੁਹਾਡੀ ਕਾਰ ਦੇ ਵਿੱਚ ਜਿਹੜੀ ਵੀ ਕਾਰਜ ਹੈ ਜਿਹੜੇ ਵੀ ਵਾਹਨ ਦੇ ਵਿੱਚ ਤੁਸੀਂ ਕਿਤੇ ਜਾ ਰਹੇ ਹੋ ਚਾਹੇ ਟਰੱਕ ਚਲਾ ਰਹੇ ਹੋ ਗਰਮ ਕੱਪੜਿਆਂ ਦੀ ਇੱਕ ਇੱਕ ਜੋੜੀ ਘੱਟੋ ਘੱਟ ਹੋਰ ਜ਼ਰੂਰ ਚਾਹੀਦੀ ਹੈ ਇੱਕ ਇੱਕ ਵਾਧੂ ਜੈਕਟ ਇੱਕ ਇੱਕ ਜੁਰਾਬਾਂ ਦਾ ਜੋੜਾ ਸਿਰ ਤੇ ਲੈਣ ਵਾਲੀ ਟੋਪੀ ਦਸਤਾਨੇ ਹਰ ਇੱਕ ਚੀਜ਼ ਚਾਹੀਦੀ ਹੈ ਹਾਲਾਂਕਿ ਹੋ ਸਕਦਾ ਸਾਨੂੰ ਲੱਗੇ ਕਿ ਘਰੋਂ ਗਰਾਜ ਦੇ ਵਿੱਚੋਂ ਬੈਠ ਕੇ ਚਲੇ ਜਾਣਾ ਤੇ ਮੁੜ ਕੇ ਜਾ ਕੇ ਜਿੱਥੇ ਕੰਮ ਤੇ ਜਾਣਾ ਉੱਥੇ ਜਾ ਕੇ ਅਨ ਇੰਡੋਰੀ ਜਿਹੜਾ ਅਸੀਂ ਕਾਰਖੜੀ ਕਰ ਦੇਣੀ ਹੈ ਪਰ ਜੇ ਤੁਹਾਡੀ ਕਾਰ ਦਾ ਇੰਜਨ ਖਰਾਬ ਹੋ ਜਾਂਦਾ ਜਾਂ ਕੋਈ ਹੋਰ ਸਮੱਸਿਆ ਆ ਜਾਂਦੀ ਹੈ ਕਾਰ ਦਾ ਹੀਟਿੰਗ ਸਿਸਟਮ ਜੇ ਬੰਦ ਹੋ ਗਿਆ ਤਾਂ ਫਿਰ ਸਾਡੇ ਲਈ 5 ਮਿੰਟ ਵੀ ਇੰਨੀ ਠੰਡ ਦੇ ਵਿੱਚ ਟਿਕਣਾ ਜਿਹੜਾ ਔਖਾ ਹੋ ਜਾਂਦਾ ਇਸ ਕਰਕੇ ਜ਼ਰੂਰੀ ਹੈ ਕਿ ਇੱਕ ਦਾ ਕੰਬਲ ਬਲੈਂਕਟ ਤੇ ਤੁਹਾਡੇ ਹੋਰ ਗਰਮ ਕੱਪੜੇ ਜਿਹੜੇ ਆ ਇੱਕ ਅਦੀ ਪੈਂਟ ਨਾਲ ਦੀ ਨਾਲ ਤੁਹਾਡੀ ਜੈਕਟ ਇੱਕ ਟੋਪੀ ਸਾਰਾ ਕੁਝ ਮਫਲ ਵਗੈਰਾ ਤੁਹਾਡੇ ਕੋਲ ਹੋਣਾ ਜ਼ਰੂਰ ਚਾਹੀਦਾ ਦੂਸਰੀ ਗੱਲ ਆਪਣੀ ਕਾਰ ਦੇ ਵਿੱਚ ਜਿਹੜੇ ਵੀ ਸਾਧਨ ਦੇ ਉੱਤੇ ਤੁਸੀਂ ਜਾ ਰਹੇ ਹੋ ਜੇ ਵਸਤੇ ਵੀ ਜਾਣੇ ਹੋ ਤਾਂ ਤੁਹਾਡੇ ਬੈਗ ਦੇ ਵਿੱਚ ਪਾਣੀ ਦੀ ਬੋਤਲ ਤੇ ਖਾਣ ਪੀਣ ਦੀਆਂ ਕੁਝ ਇੱਕ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਹੋਣੀਆਂ ਚਾਹੀਦੀਆਂ ਕਿ ਜੇ ਤੁਹਾਨੂੰ ਕੁਝ ਇੱਕ ਘੰਟੇ ਜਿਹੜਾ ਉਹ ਘਰ ਤੋਂ ਬਾਹਰ ਰਹਿਣਾ ਪੈਂਦਾ ਮਜਬੂਰੀ ਵਸਤਾ ਤੁਸੀਂ ਉਨੇ ਕ ਸਮੇਂ ਦੇ ਵਿੱਚ ਗੁਜ਼ਾਰਾ ਕਰ ਸਕੋ ਜੇ ਬੱਚੇ ਤੁਹਾਡੇ ਨਾਲ ਨੇ ਫਿਰ ਤਾਂ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਦੇ ਕੱਪੜੇ ਤੁਹਾਡੀ ਕਾਰ ਦੇ ਵਿੱਚ ਪਏ ਹੋਣੇ ਚਾਹੀਦੇ ਆ ਬੱਚਿਆਂ ਦੇ ਖਾਣ ਪੀਣ ਦਾ ਸਮਾਨ ਤੇ ਦਵਾਈਆਂ ਵੀ ਉਹਨਾਂ ਦੀਆਂ ਜੇ ਕਾਰ ਦੇ ਵਿੱਚ ਹੀ ਤੁਸੀਂ ਰੱਖ ਸਕੋ ਤਾਂ ਚੰਗਾ ਇਹਦੇ ਨਾਲ ਨਾਲ ਤੁਹਾਡਾ ਬਹੁਤ ਵੱਡਾ ਸਵਾਲ ਹੋ ਸਕਦਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੋਲੇ ਕਿਹੜਾ ਆਉਂਦੀਆਂ ਕਾਰਾਂ ਹੁੰਦੀਆਂ ਪਰ ਕਈ ਵਾਰੀ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਜਾਂ ਪੁਰਾਣੇ ਵਿਦਿਆਰਥੀਆਂ ਦੇ ਨਾਲ ਕਾਰਾਂ ਤੇ ਜਾਂਦੇ ਆ ਤਾਂ ਤੁਸੀਂ ਆਪਣੀ ਕਿੱਟ ਦੇ ਵਿੱਚ ਇੰਨਾ ਕੁ ਸਮਾਨ ਜਿਹੜਾ ਉਹ ਜ਼ਰੂਰ ਪਾ ਲੈਣਾ ਤੇ ਜਿਹੜੇ ਬੱਚੇ ਬਸ ਤੇ ਜਾਂਦੇ ਆ ਤੁਸੀਂ ਪਹਿਲਾਂ ਘਰੋਂ ਪੈਦਲ ਜਾਣਾ ਹੁੰਦਾ -40 ਡਿਗਰੀ ਟੈਂਪਰੇਚਰ ਬਹੁਤ ਜ਼ਿਆਦਾ ਇੰਨੀ ਠੰਡ ਜਿਹੜੀ ਆ ਜਦੋਂ ਅਸੀਂ ਸਾਬ ਹੀ ਲੈਨੇ ਆ ਤਾਂ ਨੱਕ ਦੇ ਵਿੱਚ ਹਵਾ ਜੰਮ ਜਾਂਦੀ ਹੈ ਹੱਥ ਥੋਡੇ ਜਿਹੜੇ ਆ ਤੁਸੀਂ ਬਿਨਾ ਦਸਤਾਨਿਆਂ ਤੋਂ ਬਾਹਰ ਬਿਲਕੁਲ ਨਹੀਂ ਨਿਕਲਣਾ ਕਿਉਂਕਿ ਕਈ ਵਾਰੀ ਇੰਨੀ ਵੱਡੀ ਸਮੱਸਿਆ ਹੋ ਜਾਂਦੀ ਹੈ ਹੱਥ ਫ੍ਰੀਜ਼ ਹੋ ਜਾਂਦੇ ਆ ਕਿ ਮੁੜ ਕੇ ਫਿਰ ਸਰੀਰਕ ਤੌਰ ਦੇ ਉੱਤੇ ਵੱਡੀ ਸਮੱਸਿਆ ਆਉਂਦੀ ਹੈ ਜੇ ਤੁਸੀਂ ਬਸ ਤੇ ਸਫ਼ਰ ਕਰਦੇ ਹੋ ਕਾਲਜ ਜਾਣੇ ਹੋ ਜਾਂ ਘਰ ਤੋਂ ਬਾਹਰ ਕੋਈ ਚੀਜ਼ ਲੈਣ ਜਾਣੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਜਿੰਨੇ ਵੀ ਗਰਮ ਕੱਪੜੇ ਪਾ ਸਕਦੇ ਹੋ ਨੇ ਪਾਓ ਤੇ ਇੱਕ ਥੋਡੇ ਕੋਲ ਉਦਾਂ ਦੀ ਜੈਕਟ ਤੁਸੀਂ ਜ਼ਰੂਰ ਪਾਉਣੀ ਜਿਹੜੀ ਹੁੰਦੀ ਪਤਲੀ ਹੈ ਪਰ ਉਹ ਤੁਹਾਡੇ ਲਈ ਇਸ ਕਰਕੇ ਜ਼ਰੂਰੀ ਹੈ ਕਿ ਹਵਾ ਨਾ ਉਹਦੇ ਵਿੱਚ ਦੀ ਕ੍ਰਾਸ ਹੁੰਦੀ ਹੋਵੇ ਕਈ ਵਾਰੀ ਸਾਡੀਆਂ ਜੈਕਟਾਂ ਹੁੰਦੀਆਂ ਤਾਂ ਮੋਟੀਆਂ ਨੇ ਪਰ ਉਹਨਾਂ ਦਾ ਕੱਪੜਾ ਇਸ ਤਰੀਕੇ ਦਾ ਹੁੰਦਾ ਹੈ ਕਿ ਉਹਦੇ ਵਿੱਚ ਦੀ ਹਵਾ ਤੁਹਾਡੇ ਸਰੀਰ ਤੱਕ ਪੜਦੀ ਹੈ ਸੋ ਜਿਹੜੇ ਹਵਾ ਨੂੰ ਰੋਕਣ ਵਾਲੀਆਂ ਜਿਹੜੀਆਂ ਪਤਲੀਆਂ ਜੈਕਟਾਂ ਹੁੰਦੀਆਂ ਉਹ ਜਿਹੜੀ ਵਿੰਡ ਸ਼ੀਟਰ ਜੇ ਤੁਸੀਂ ਪਾਉਣਾ ਬਹੁਤ ਜ਼ਰੂਰੀ ਹੈ ਜਿਹਦੇ ਵਿੱਚ ਦੀ ਪਾਣੀ ਵੀ ਅੰਦਰ ਨਾ ਜਾ ਸਕੇ ਕਦੇ ਵੀ 스ਨੋ ਫਾਲ ਹੋ ਸਕਦੀ ਹੈ ਤੇ ਨਾ ਹੀ ਉਹਦੇ ਅੰਦਰ ਹਵਾ ਜਾ ਸਕੇ ਸੋ ਅਸੀਂ ਇਸ ਕਰਕੇ ਬੇਨਤੀ ਕਰ ਰਹੇ ਹਾਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਹਾਦਸੇ ਜਿਹੜੇ ਹੁੰਦੇ ਰਹੇ ਆ ਸਰੀ ਦੇ ਵਿੱਚ ਵੀ ਮਾਈਨਸ 10 ਡਿਗਰੀ ਤੱਕ ਟੈਂਪਰੇਚਰ ਜਾ ਸਕਦਾ ਆਉਣ ਵਾਲੇ ਦਿਨਾਂ 'ਚ ਵੈਂਕੂਵਰ ਸਰੀ ਵਾਲੇ ਪਾਸੇ ਤਾਂ ਬਹੁਤੀ ਬਰਫਬਰੀ ਨਹੀਂ ਹੁੰਦੀ ਪਰ ਜੇ ਤੁਸੀਂ ਪਿਛਲੇ ਸਾਲ ਦਾ ਚੇਤਾ ਕਰੋ ਤਾਂ ਉੱਥੇ ਵੀ 6 6 7 7 ਘੰਟੇ ਲੋਕਾਂ ਨੂੰ ਰਸਤੇ ਦੇ ਵਿੱਚ ਇੱਕੋ ਦਿਨ 스ਨੋ ਫਾਲ ਹੋਈ ਸੀ ਬਰਫਬਰੀ ਹੋਈ ਸੀ ਤਾਂ ਰੁਕਣਾ ਪਿਆ ਸੀ ਗੱਡੀਆਂ ਤੇਲ ਪੂਰੀ ਤਰ੍ਹਾਂ ਟੈਂਕੀ ਭਰ ਆ ਕੇ ਰੱਖੋ ਕਿ ਜੇ ਤੁਹਾਨੂੰ ਰਾਹ ਦੇ ਵਿੱਚ ਕਿਤੇ ਕੁਝ ਘੰਟੇ ਰੁਕਣਾ ਵੀ ਪੈਂਦਾ ਤੁਹਾਡੀ ਗੱਡੀ ਚੱਲਦੀ ਰਹਿ ਸਕੇ ਤੇ ਉਹਦਾ ਹੀਟਿੰਗ ਸਿਸਟਮ ਜਿਹੜਾ ਉਹਦਾ ਹੀਟ ਵਾਲਾ ਸਿਸਟਮ ਹੈ ਉਹ ਚੱਲਦਾ ਰਹਿ ਸਕੇ ਸੁੰਨਿਆਕ ਬੇਨਤੀਆਂ ਤੁਹਾਨੂੰ ਕਰਨੀਆਂ ਸੀ ਕਿਉਂਕਿ ਤੁਸੀਂ ਸਾਡੇ ਆਪਣੇ ਉਹ ਪ੍ਰਾਈਮੇਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰ ਹੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਰਾਹ ਜਾਂਦਿਆਂ ਨਾ ਆ ਸਕੇ ਉਹਦੇ ਲਈ ਅਸੀਂ ਤੁਹਾਡੇ ਤੱਕ ਇਨਿੰਗ ਪਹੁੰਚ ਕੀਤੀ ਹੈ ਤੁਹਾਡਾ ਕੋਈ ਸੁਝਾਅ ਹੋਵੇ ਤੁਹਾਡੀ ਕੋਈ ਟਿੱਪਣੀ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਰ ਸਕਦੇ ਹੋ ਇੱਥੇ ਦੇ ਉੱਪਰ ਬੀਰ ਸਿੰਘ ਬਾਠ ਨੂੰ ਆ ਗਿਆ ਦੇਖਦੇ ਰਹਿਣਾ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ